ਖੇਤਾਂ ਦੇ ਨੇੜੇ ਟਰੱਕ ਖੜਾ ਕੇ ਸੁੱਤੇ ਸੀ ਡਰਾਈਵਰ ਕਿ ਅਚਾਨਕ ਖੇਤਾਂ 'ਚ ਲੱਗੀ ਅੱਗ ਟਰੱਕ ਤੱਕ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਹਾਲ ਤੁਸੀਂ ਆਪ ਹੀ ਇਹਨਾਂ ਤਸਵੀਰਾਂ 'ਚ ਦੇਖ ਲਓ ਟਰੱਕਾਂ ਦਾ ਕੀ ਹੋਇਆ ਏ। ਬੇਹੱਦ ਭਿਆਨਕ ਇਹ ਹਾਦਸਾ ਕਹਿ ਲਓ, ਲਾਪਰਵਾਹੀ ਕਹਿ ਲਓ। ਇੱਕ ਖੇਤ ਦੇ ਅੰਦਰ ਨਾੜ ਨੂੰ ਅੱਗ ਲਗਾਈ ਗਈ ਸੀ। ਉਸ ਦੇ ਨੇੜੇ ਰਾਤ ਵੇਲੇ ਤੋਂ ਇੱਕ ਦੋ ਟਰੱਕ ਖੜ੍ਹੇ ਹੋਏ ਸਨ ਜਿਨ੍ਹਾਂ ਦੇ ਵਿੱਚ ਅਚਾਨਕ ਨਾੜ ਦੀ ਲੱਗੀ ਹੋਈ ਅੱਗ ਲੱਗ ਜਾਂਦੀ ਹੈ, ਜਿਸ ਕਰਕੇ ਇੱਕ ਟਰੱਕ ਤਾਂ ਪੂਰੀ ਤਰੀਕੇ ਦੇ ਨਾਲ ਸੜ ਕੇ ਸਵਾਹ ਹੋ ਜਾਂਦਾ ਹੈ ਅਤੇ ਦੂਜੇ ਟਰੱਕ ਦੇ ਟਾਇਰਾਂ ਨੂੰ ਅੱਗ ਲੱਗੀ ਸੀ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਆਉਂਦੀ ਹੈ, ਅੱਗ ਬੁਝਾਉਂਦੀ ਹੈ ਅਤੇ ਦੂਜੇ ਟਰੱਕ ਦਾ ਬਚਾ ਰਿਹਾ ਹੈ। ਪਰ ਇੱਕ ਟਰੱਕ ਜਿਸ ਦੇ ਅੰਦਰ ਕਣਕ ਸੀ, ਕਣਕ ਭਰੀ ਹੋਈ ਸੀ ਪੂਰੀ, ਅਤੇ ਉਸ ਟਰੱਕ ਦੇ ਵਿੱਚ ਦੇਖੋ ਕਿਵੇਂ ਅੱਗ ਲੱਗੀ। ਅੱਗ ਲੱਗਣ ਤੋਂ ਬਾਅਦ ਟਰੱਕ ਦਾ ਕੀ ਹਾਲ ਹੋਇਆ? ਤਾਂ ਡਰਾਈਵਰ ਵੀਰਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ, ਡਰਾਈਵਰਾਂ ਤੱਕ ਪਹੁੰਚਾਓ। ਜਿਹੜੇ ਟਰੱਕ ਡਰਾਈਵਰ ਨੇ, ਕੋਈ ਵੀ ਡਰਾਈਵਰ ਹੈ, ਖੇਤਾਂ ਦੇ ਨੇੜੇ ਜਿੱਥੇ ਨਾੜ ਹੈ, ਜਿੱਥੇ ਕਣਕ ਉੱਗੀ ਹੋਈ ਹੈ, ਜਿੱਥੇ ਕਣਕ ਵੱਢਣ ਤੋਂ ਬਾਅਦ ਜਿਹੜੀ ਨਾੜ ਬਚੀ ਹੋਈ ਆ, ਉਸ ਦੇ ਨੇੜੇ ਆਪਣੀ ਗੱਡੀ ਬਿਲਕੁਲ ਨਾ ਲਗਾਓ, ਕਿਉਂਕਿ ਨਾੜ ਦੇ ਵਿੱਚ ਅੱਗ ਬਹੁਤ ਤੇਜ਼ੀ ਦੇ ਨਾਲ ਫੈਲਦੀ ਹੈ, ਕਿਉਂਕਿ ਅੱਜ ਕੱਲ੍ਹ ਗਰਮੀਆਂ ਦੇ ਦਿਨ ਚੱਲ ਰਹੇ ਨੇ, ਲੂ ਚੱਲਦੀ ਹੈ, ਜਿਸ ਕਰਕੇ ਹਵਾ ਦੇ ਨਾਲ ਅੱਗ ਬਹੁਤ ਹੀ ਤੇਜ਼ੀ ਦੇ ਨਾਲ ਫੈਲਦੀ ਹੈ ਅਤੇ ਫੈਲਦੀ ਫੈਲਦੀ ਕਈ ਵਾਰ ਪੇੜ ਜਿਹੜੇ ਹੁੰਦੇ ਨੇ ਜਾਂ ਸੜਕ ਹੁੰਦੇ ਨੇ ਜਾਂ ਫਿਰ ਲੱਕੜ ਦੇ ਤੁਸੀਂ ਬਿਜਲੀ ਵਾਲੇ ਖੰਭੇ ਕਹਿ ਦਿਓ, ਉਹ ਤੱਕ ਸੜ ਜਾਂਦੇ ਨੇ। ਤਾਂ ਖੇਤਾਂ ਦੇ ਨੇੜੇ ਟਰੱਕ ਨਹੀਂ ਖੜਾਉਣਾ। ਜੇਕਰ ਖੇਤਾਂ ਦੇ ਨੇੜੇ ਟਰੱਕ ਖੜਾਉਣਾ ਹੈ ਤਾਂ ਧਿਆਨ ਦਿਓ ਕਿ ਉਹਨਾਂ ਖੇਤਾਂ ਦੇ ਵਿੱਚ ਅੱਗ ਨਾ ਲੱਗੀ ਹੋਵੇ। ਆਹ ਦੇਖ ਹੀ ਸਕਦੇ ਹੋ ਕਿ ਕਿਵੇਂ ਇਹਨਾਂ ਟਰੱਕਾਂ ਨੂੰ ਅੱਗ ਲੱਗ ਗਈ ਹੈ। ਗਲਤੀ ਕਿਸੇ ਦੀ ਸੀ, ਨੁਕਸਾਨ ਕਿਸੇ ਦਾ ਹੋ ਗਿਆ। ਤਾਂ ਦੱਸ ਦਈਏ ਕਿ ਕਿਸਾਨ ਵੱਲੋਂ ਇਹ ਖੇਤਾਂ ਦੀ ਨਾੜ ਨੂੰ ਅੱਗ ਲਗਾਈ ਗਈ ਸੀ। ਬਟਾਲਾ ਨਜ਼ਦੀਕ ਕਸਬਾ ਖੋਖੜ ਫੌਜੀਆਂ ਕੋਲ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਦੇ ਉੱਤੇ ਇਹ ਸਾਰੇ ਟਰੱਕ ਖੜ੍ਹੇ ਹੋਏ ਸੀ। ਦੱਸ ਦਈਏ ਕਿ ਦੋ ਟਰੱਕ ਖੜ੍ਹੇ ਸੀ, ਦੋਨਾਂ ਟਰੱਕਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਕਰਕੇ ਪੂਰੀ ਤਰੀਕੇ ਦੇ ਨਾਲ ਟਰੱਕ ਸੜਕੇ ਸਵਾਹ ਹੋ ਗਿਆ ਹੈ ਅਤੇ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰਕਾਰ ਇਸ ਦਾ ਹਰਜਾਨਾ ਭਰਦਾ ਕੌਣ ਹੈ? ਟਰੱਕ ਵਾਲਾ ਖੁਦ ਭੁਗਤੇਗਾ ਜਾਂ ਫਿਰ ਕਿਸਾਨ ਤੋਂ ਕੋਈ ਮੰਗ ਕੀਤੀ ਜਾਵੇ? ਖੇਤਾਂ ਦੇ ਨੇੜੇ ਟਰੱਕ ਖੜਾ ਕੇ ਸੁੱਤੇ ਸੀ ਡਰਾਈਵਰ ਕਿ ਅਚਾਨਕ ਖੇਤਾਂ 'ਚ ਲੱਗੀ ਅੱਗ ਟਰੱਕ ਤੱਕ ਪਹੁੰਚ ਜਾਂਦੀ ਹੈ ਅਤੇ ਉਸ ਤੋਂ ਬਾਅਦ ਹਾਲ ਤੁਸੀਂ ਆਪ ਹੀ ਇਹਨਾਂ ਤਸਵੀਰਾਂ 'ਚ ਦੇਖ ਲਓ ਟਰੱਕਾਂ ਦਾ ਕੀ ਹੋਇਆ ਏ। ਬੇਹੱਦ ਭਿਆਨਕ ਇਹ ਹਾਦਸਾ ਕਹਿ ਲਓ, ਲਾਪਰਵਾਹੀ ਕਹਿ ਲਓ। ਇੱਕ ਖੇਤ ਦੇ ਅੰਦਰ ਨਾੜ ਨੂੰ ਅੱਗ ਲਗਾਈ ਗਈ ਸੀ। ਉਸ ਦੇ ਨੇੜੇ ਰਾਤ ਵੇਲੇ ਤੋਂ ਦੋ ਟਰੱਕ ਖੜ੍ਹੇ ਹੋਏ ਸਨ ਜਿਨ੍ਹਾਂ ਦੇ ਵਿੱਚ ਅਚਾਨਕ ਨਾੜ ਦੀ ਲੱਗੀ ਹੋਈ ਅੱਗ ਲੱਗ ਜਾਂਦੀ ਹੈ, ਜਿਸ ਕਰਕੇ ਇੱਕ ਟਰੱਕ ਤਾਂ ਪੂਰੀ ਤਰੀਕੇ ਦੇ ਨਾਲ ਸੜ ਕੇ ਸਵਾਹ ਹੋ ਜਾਂਦਾ ਹੈ ਅਤੇ ਦੂਜੇ ਟਰੱਕ ਦੇ ਟਾਇਰਾਂ ਨੂੰ ਅੱਗ ਲੱਗੀ ਸੀ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਆਉਂਦੀ ਹੈ, ਅੱਗ ਬੁਝਾਉਂਦੀ ਹੈ ਅਤੇ ਦੂਜੇ ਟਰੱਕ ਦਾ ਬਚਾ ਰਿਹਾ ਹੈ। ਪਰ ਇੱਕ ਟਰੱਕ ਜਿਸ ਦੇ ਅੰਦਰ ਕਣਕ ਸੀ, ਕਣਕ ਭਰੀ ਹੋਈ ਸੀ ਪੂਰੀ, ਅਤੇ ਉਸ ਟਰੱਕ ਦੇ ਵਿੱਚ ਦੇਖੋ ਕਿਵੇਂ ਅੱਗ ਲੱਗੀ। ਅੱਗ ਲੱਗਣ ਤੋਂ ਬਾਅਦ ਟਰੱਕ ਦਾ ਕੀ ਹਾਲ ਹੋਇਆ? ਤਾਂ ਡਰਾਈਵਰ ਵੀਰਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ, ਡਰਾਈਵਰਾਂ ਤੱਕ ਪਹੁੰਚਾਓ। ਜਿਹੜੇ ਟਰੱਕ ਡਰਾਈਵਰ ਨੇ, ਕੋਈ ਵੀ ਡਰਾਈਵਰ ਹੈ, ਖੇਤਾਂ ਦੇ ਨੇੜੇ ਜਿੱਥੇ ਨਾੜ ਹੈ, ਜਿੱਥੇ ਕਣਕ ਉੱਗੀ ਹੋਈ ਹੈ, ਜਿੱਥੇ ਕਣਕ ਵੱਢਣ ਤੋਂ ਬਾਅਦ ਜਿਹੜੀ ਨਾੜ ਬਚੀ ਹੋਈ ਆ, ਉਸ ਦੇ ਨੇੜੇ ਆਪਣੀ ਗੱਡੀ ਬਿਲਕੁਲ ਨਾ ਲਗਾਓ, ਕਿਉਂਕਿ ਨਾੜ ਦੇ ਵਿੱਚ ਅੱਗ ਬਹੁਤ ਤੇਜ਼ੀ ਦੇ ਨਾਲ ਫੈਲਦੀ ਹੈ, ਕਿਉਂਕਿ ਅੱਜ ਕੱਲ੍ਹ ਗਰਮੀਆਂ ਦੇ ਦਿਨ ਚੱਲ ਰਹੇ ਨੇ, ਲੂ ਚੱਲਦੀ ਹੈ, ਜਿਸ ਕਰਕੇ ਹਵਾ ਦੇ ਨਾਲ ਅੱਗ ਬਹੁਤ ਹੀ ਤੇਜ਼ੀ ਦੇ ਨਾਲ ਫੈਲਦੀ ਹੈ ਅਤੇ ਫੈਲਦੀ ਫੈਲਦੀ ਕਈ ਵਾਰ ਪੇੜ ਜਿਹੜੇ ਹੁੰਦੇ ਨੇ ਜਾਂ ਸੜਕ ਹੁੰਦੇ ਨੇ ਜਾਂ ਫਿਰ ਲੱਕੜ ਦੇ ਤੁਸੀਂ ਬਿਜਲੀ ਵਾਲੇ ਖੰਭੇ ਕਹਿ ਦਿਓ, ਉਹ ਤੱਕ ਸੜ ਜਾਂਦੇ ਨੇ। ਤਾਂ ਖੇਤਾਂ ਦੇ ਨੇੜੇ ਟਰੱਕ ਨਹੀਂ ਖੜਾਉਣਾ। ਜੇਕਰ ਖੇਤਾਂ ਦੇ ਨੇੜੇ ਟਰੱਕ ਖੜਾਉਣਾ ਹੈ ਤਾਂ ਧਿਆਨ ਦਿਓ ਕਿ ਉਹਨਾਂ ਖੇਤਾਂ ਦੇ ਵਿੱਚ ਅੱਗ ਨਾ ਲੱਗੀ ਹੋਵੇ। ਆਹ ਦੇਖ ਹੀ ਸਕਦੇ ਹੋ ਕਿ ਕਿਵੇਂ ਇਹਨਾਂ ਟਰੱਕਾਂ ਨੂੰ ਅੱਗ ਲੱਗ ਗਈ ਹੈ। ਗਲਤੀ ਕਿਸੇ ਦੀ ਸੀ,
ਨੁਕਸਾਨ ਕਿਸੇ ਦਾ ਹੋ ਗਿਆ। ਤਾਂ ਦੱਸ ਦਈਏ ਕਿ ਕਿਸਾਨ ਵੱਲੋਂ ਇਹ ਖੇਤਾਂ ਦੀ ਨਾੜ ਨੂੰ ਅੱਗ ਲਗਾਈ ਗਈ ਸੀ ਬਟਾਲਾ ਨਜ਼ਦੀਕ ਕਸਬਾ ਖੋਖੜ ਫੌਜੀਆਂ ਕੋਲ। ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਦੇ ਉੱਤੇ ਇਹ ਸਾਰੇ ਟਰੱਕ ਖੜ੍ਹੇ ਹੋਏ ਸੀ। ਦੱਸ ਦਈਏ ਕਿ ਦੋ ਟਰੱਕ ਖੜ੍ਹੇ ਸੀ, ਦੋਨਾਂ ਟਰੱਕਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਕਰਕੇ ਪੂਰੀ ਤਰੀਕੇ ਦੇ ਨਾਲ ਟਰੱਕ ਸੜ ਕੇ ਸਵਾਹ ਹੋ ਗਿਆ ਹੈ ਅਤੇ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰਕਾਰ ਇਸ ਦਾ ਹਰਜਾਨਾ ਭਰਦਾ ਕੌਣ ਹੈ, ਟਰੱਕ ਵਾਲਾ ਖੁਦ ਭੁਗਤੇਗਾ ਜਾਂ ਫਿਰ ਕਿਸਾਨ ਤੋਂ ਕੋਈ ਮੰਗ ਕੀਤੀ ਜਾਵੇ।